ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਸ਼ੁਭੇਚਾਵਾਂ ਦਾ ਵਿਸ਼ਾ ਹੈ ਸੁੰਦਰਤਾ ਸੁੰਦਰਤਾ ਉਹ ਹੈ ਜਿਹਦੀ ਸੌਂਕਣ ਵੀ ਸਿਫਤ ਕਰੇ ਸੁੰਦਰਤਾ ਪਰਮਾਤਮਾ ਦੀ ਮੁਸਕਰਾਟ ਹੈ ਖੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲਾਂ ਜਾਂ ਦੰਦਾਂ 'ਚ ਨਹੀਂ ਹੁੰਦੀ ਇਹ ਇਹਨਾਂ ਸਭ ਵਿੱਚ ਲਈ ਅਤਿਅੰਤ ਉੱਤਮ ਦਰਜੇ ਦਾ ਅਨੁਪਾਤ ਹੁੰਦੀ ਹੈ ਤੇ ਇਸ ਵਿੱਚ ਇੱਕ ਲੱਛਣ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ ਜਿਵੇਂ ਚੰਦਰਮਾ ਸੂਰਜ ਕਾਰਨ ਖੂਬਸੂਰਤ ਹੈ ਤਾਰੇ ਰਾਤ ਕਾਰਨ ਸੋਹਣੇ ਲੱਗਦੇ ਐ। ਇਵੇਂ ਕਿਸੇ ਸੁੰਦਰੀ ਦੇ ਚਿਹਰੇ ਉੱਤੇ ਬਿੰਦੀ ਇਸ ਕਰਕੇ ਸੁੰਦਰ ਲੱਗਦੀ ਐ ਕਿਉਂਕਿ ਬਿੰਦੀ ਦੇ ਪਿੱਛੇ ਸੋਹਣਾ ਮੱਥਾ ਹੁੰਦਾ ਐ। ਸੁੰਦਰਤਾ ਦਾ ਪ੍ਰਭਾਵ ਅੰਸ਼ਾਂ ਵਿੱਚ ਨਹੀਂ ਸਮੁੱਚਤਾ ਵਿੱਚ ਹੁੰਦਾ ਐ। ਇਵੇਂ ਆਮ ਕਰਕੇ ਅਨੁਪਾਤਸ਼ੀਲਤਾ ਨੂੰ ਸੁੰਦਰਤਾ ਤੇ ਅਨੁਪਾਤ ਖੇਣਤਾ ਨੂੰ ਕੋਝਾਪਨ ਜਾਂ ਅਕਰੂਪਤਾ ਕਹਿੰਦੇ ਹਨ। ਕਿਸੇ ਵਸਤ ਦਾ ਖੂਬਸੂਰਤ ਲੱਗਣਾ ਸਾਡੀਆਂ ਅੱਖਾਂ ਉੱਤੇ ਨਿਰਭਰ ਕਰਦਾ ਐ। ਸਾਡੀਆਂ ਅੱਖਾਂ ਦਿਲ ਨਾਲ ਸਲਾਹ ਕਰਕੇ ਕਿਸੇ ਦੀ ਖੂਬਸੂਰਤੀ ਦਾ ਪਹਿਲਾ ਤੇ ਅੰਤਿਮ ਫੈਸਲਾ ਦਿੰਦੀਆਂ ਹਨ ਜਿਹੜਾ ਸਾਡੀਆਂ ਅੱਖਾਂ ਨੂੰ ਨਹੀਂ ਜੱਜਦਾ ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ ਅੱਖਾਂ ਉਪਰੰਤ ਸੁੰਦਰ ਸ਼ਖਸੀਅਤ ਸਾਡੇ ਕੰਨਾਂ ਨੂੰ ਪਹੁੰਚਦੀ ਹੈ ਸਰੀਰਕ ਸੁੰਦਰਤਾ ਤੇ ਆਵਾਜ਼ ਕਿਸੇ ਦੀ ਸੁੰਦਰਤਾ ਦੇ ਪਹਿਲੇ ਦੇ ਪਹਿਲੇ ਦੋ ਪੜਾਅ ਹੁੰਦੇ ਹਨ ਇਹ ਦੋਵੇਂ ਪੱਖ ਇੱਕ ਦੂਜੇ ਦੀ ਘਾਟ ਨੂੰ ਕੱਜ ਲੈਂਦੇ ਹਨ ਪਰ ਜਿੱਥੇ ਦੋਵੇਂ ਆਪਣੇ ਜੋਬਨ ਉੱਤੇ ਹੋਣ ਉੱਥੇ ਪਾਣੀਆਂ ਨੂੰ ਅੱਗ ਲੱਗ ਜਾਂਦੀ ਹੈ ਉੱਥੇ ਸਖਣੇ ਭਰੇ ਜਾਂਦੇ ਆ ਉੱਥੇ ਸਭ ਭੁੱਖਾ ਮਿਟ ਜਾਂਦੀਆਂ ਉੱਥੇ ਬੁੱਢੇ ਜਵਾਨ ਹੋ ਜਾਂਦੇ ਆ ਉੱਥੇ ਸਾਰਾ ਸੰਸਾਰ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ ਖੂਬਸੂਰਤੀ ਉਹ ਨਹੀਂ ਹੁੰਦੀ ਜਿਹਦੇ ਸਾਹਮਣੇ ਅਸੀਂ ਹੀਣੇ ਅਨੁਭਵ ਕਰੀਏ ਸਗੋਂ ਖੂਬਸੂਰਤੀ ਉਹ ਹੈ ਜਦੀ ਹਾਜ਼ਰੀ ਚ ਸਾਨੂੰ ਆਪਣਾ ਆਪ ਚੰਗਾ ਲੱਗੇ ਤੇ ਸਾਨੂੰ ਆਪਣੇ ਸੋਹਣੇ ਹੋਣ ਦਾ ਅਹਿਸਾਸ ਹੋਵੇ ਸੁੰਦਰਤਾ ਜਾਂ ਖੂਬਸੂਰਤੀ ਉਹ ਹੈ ਜਦੀ ਸੇਵਾ ਵਿੱਚ ਮਨੁੱਖ ਤਨ ਮਨ ਧਨ ਲਗਾ ਦੇ ਜ਼ਿੰਦਗੀ ਦੇ ਬਹੁਤੇ ਫੈਸਲੇ ਅਸੀਂ ਸੋਚ ਵਿਚਾਰ ਉਪਰੰਤ ਕਰਦੇ ਹਾਂ ਪਰ ਖੂਬਸੂਰਤੀ ਦੇ ਪ੍ਰਭਾਵधीन ਕੀਤਾ ਫੈਸਲਾ ਸੋਚ ਵਿਚਾਰ ਉਤੇ ਨਹੀਂ ਸਾਡੇ ਮਹਿਸੂਸ ਕਰਨ ਦੀ ਯੋਗਤਾ ਉਤੇ ਨਿਰਭਰ ਕਰਦਾ ਹੈ ਖੂਬਸੂਰਤੀ ਆਪਣੇ ਆਪ ਚ ਇੱਕ ਸਿਫਾਰਿਸ਼ ਹੈ ਇਹਨੂੰ ਕੋਈ ਵੀ ਕੰਮ ਕਰਵਾਉਣ ਲਈ ਕਿਸੇ ਵੀ ਹੋਰ ਸਹਿਯੋਗ ਦੀ ਲੋੜ ਨਹੀਂ ਹੁੰਦੀ ਸੁੰਦਰ ਇਸਤਰੀ ਨੂੰ ਲੰਮੀ ਲਾਈਨ ਚ ਖੜਨਾ ਨਹੀਂ ਪੈਂਦਾ ਖੂਬਸੂਰਤੀ ਉਹ ਹੈ ਜਦੀ ਇੱਕ ਨਜ਼ਰ ਦੀ ਪ੍ਰਾਪਤੀ ਲਈ ਪੁਰਸ਼ਾਂ ਵਿੱਚ ਚੁੱਪਚਾਪੀਤਾ ਸੰਘਰਸ਼ ਛਿੜ ਪਵੇ ਕਹਿੰਦੇ ਹਨ ਸੁੰਦਰ ਲੋਕਾਂ ਨੂੰ ਪੈਸੇ ਆ ਪਰਸ ਰੱਖਣ ਦੀ ਲੋੜ ਨਹੀਂ ਕਿਉਂਕਿ ਉਹ ਜਿੱਥੇ ਵੀ ਜਾਣਗੇ ਪੈਸੇ ਦੇਣ ਵਾਸਤੇ ਕੋਈ ਨਾ ਕੋਈ ਤਿਆਰ ਹੋ ਜਾਏਗਾ ਸੁੰਦਰਤਾ ਦਾ ਕੋਈ ਕਾਰਨ ਨਹੀਂ ਹੁੰਦਾ ਸੁੰਦਰਤਾ ਦਾ ਹੋਣਾ ਹੀ ਇਹਦਾ ਤਰਕ ਹੁੰਦਾ ਹੈ ਜਿਸ ਕਾਰਨ ਸੁੰਦਰਤਾ ਨੂੰ ਕਿਸੇ ਗਵਾਹੀ ਦੀ ਲੋੜ ਨਹੀਂ ਪੈਂਦੀ ਸੁੰਦਰਤਾ ਹਰ ਹਾਲਤ ਵਿੱਚ ਪ੍ਰਭਾਵਿਤ ਕਰਦੀ ਹੈ ਸੁੰਦਰਤਾ ਉਹ ਹੈ ਜਿਹੜੀ ਸਾਨੂੰ ਚੰਗੇਰੇ ਜੀਵਨ ਦੀ ਲਟਕ ਲਾਵੇ ਤੇ ਸਾਡੇ ਲਈ ਚੰਗੇ ਬਣਨਾ ਸੌਖਾ ਕਰ ਦੇਵੇ ਸੁੰਦਰਤਾ ਇੱਕ ਅਜਿਹੀ ਖੁਸ਼ਬੂ ਹੈ ਜਿਹਦਾ ਕੋਈ ਨਾਂ ਨਹੀਂ ਹੁੰਦਾ ਸੁੰਦਰ ਚਿਹਰਾ ਉਹ ਹੈ ਜਿਹਦੇ ਪ੍ਰਗਟ ਹੋਣ ਨਾਲ ਪੈਰਿਆਂ ਸ਼ੋਰ ਬੰਦ ਹੋ ਜਾਂਦਾ ਤੇ ਸਾਰੀਆਂ ਗਰਦਨਾਂ ਉੱਤਰ ਘੁੰਮ ਜਾਂਦੀ ਇਵੇਂ ਸੁੰਦਰਤਾ 'ਚ ਹੜ੍ਹ ਦੇ ਪਾਣੀਆਂ ਨੂੰ ਦਰਿਆ ਦੇ ਕਿਨਾਰਿਆਂ 'ਚ ਲਿਆਉਣ ਦੀ ਸਮਰੱਥਾ ਹੁੰਦੀ ਹੈ ਸੁੰਦਰਤਾ 'ਚ ਸਥਿਤੀ ਨੂੰ ਬਦਲਣ ਦੀ ਅਥਾਹ ਸ਼ਕਤੀ ਹੁੰਦੀ ਹੈ ਸੁੰਦਰਤਾ ਸੰਭਵ ਨੂੰ ਸੰਭਵ ਬਣਾ ਦਿੰਦੀ ਹੈ ਸੁੰਦਰਤਾ ਨਾਲ ਸ਼ਾਂਤ ਲੋਕ ਜਜ਼ਬੇ ਭਰੇ ਕਮਾਂ ਚੁੱਛਲਣ ਲੱਗਦੇ ਹਨ ਤੇ ਭੜਕੀ ਹੋਈ ਭੀੜ ਸ਼ਾਂਤ ਹੋ ਜਾਂਦੀ ਹੈ ਸੁੰਦਰਤਾ 'ਚ ਮੂਰਖ ਨੂੰ ਸਿਆਣਾ ਤੇ ਸਿਆਣੇ ਨੂੰ دیਵਾਨਾ ਬਣਾਉਣ ਦੀ ਸ਼ਕਤੀ ਹੁੰਦੀ ਹੈ ਖੂਬਸੂਰਤੀ ਨੂੰ ਵੇਖ ਕੇ ਨਿਰਜੋਤ ਅੱਖਾਂ ਵੀ ਜਗਮਗਾਉਣ ਲੱਗਦੀਆਂ ਹਨ ਕੰਨ ਉਹ ਆਵਾਜ਼ਾਂ ਸੁਣਨ ਲੱਗਦੇ ਹਨ ਜਿਨ੍ਹਾਂ ਦੀ ਹੋਂਦ ਬਾਰੇ ਵੀ ਅਸੀਂ ਪਹਿਲਾਂ ਸੁਚੇਤ ਨਹੀਂ ਹੁੰਦੇ ਸੁੰਦਰਤਾ ਦੀ ਹਾਜ਼ਰੀ 'ਚ ਹਰ ਕੋਈ ਜਵਾਨ ਮਹਿਸੂਸ ਕਰਦਾ ਹੈ ਕਹਿੰਦੇ ਹਨ ਸੁੰਦਰਤਾ ਉਹ ਹੈ ਜਿਸ ਚ ਬੰਕੇ ਸਾਧ ਬਣ ਜਾਣ ਤੇ ਜਿਹਦੇ ਚਰਖੇ ਦੀ ਕੂਕ ਸੁਣ ਕੇ ਜੋਗੀ ਪਹਾੜੋਂ ਉਤਰੋ। ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ ਲਈ ਸੁੰਦਰਤਾ ਬੜੀ ਜ਼ਰੂਰੀ ਹੈ। ਖੂਬਸੂਰਤੀ ਦਾ ਉਹੀ ਲਾਭ ਹੁੰਦਾ ਹੈ ਜੋ ਕਿਸੇ ਵੀ ਲਾਭਦਾਇਕ ਵਸਤ ਦਾ ਹੋ ਸਕਦਾ ਹੈ। ਜ਼ਿੰਦਗੀ ਦਾ ਜਜ਼ਬਾ, ਜੀਵਨ ਦੀ ਲਟਕ, ਜਿਉਣ ਦਾ ਚਾਹ ਸੁੰਦਰਤਾ ਦੇ ਪ੍ਰਮੁੱਖ ਸੌਮੇ ਹਨ। ਖੁਦਕੁਸ਼ੀ ਕਰਨ ਵਾਲੇ ਲੋਕ ਕਦੇ ਖੂਬਸੂਰਤ ਨਹੀਂ ਹੁੰਦੇ। ਕਿ ਕਿ ਖੂਬਸੂਰਤੀ ਸਾਨੂੰ ਜੀਵਨ ਮਾਨਣ ਤੇ ਕੁਦਰਤ ਦੇ ਬਲਿਹਾਰੇ ਹੋਣਾ ਸਿਖਾਉਂਦੀ ਹੈ ਅਜੋਕੇ ਯੁੱਗ ਦੇ ਲੋਕਾਂ ਦੀ ਬਹੁ ਗਿਣਤੀ ਉੱਚੇ ਚ ਨਾਲ ਆਪਣੇ ਨਕਮੂਹਾਂ ਕਨ ਆਦੀਆਂ ਤਸਵੀਰਾਂ ਖਿੱਚਵਾਉਣ ਚ ਮਗਨ ਹੈ ਖੂਬਸੂਰਤੀ ਚ ਉੱਚੇ ਚ ਨਹੀਂ ਹੁੰਦਾ ਇਸ ਚ ਕਾਲ ਨਹੀਂ ਹੁੰਦੀ ਇਹਨੂੰ ਕਿਸੇ ਸਜਾਵਟ ਦੀ ਲੋੜ ਨਹੀਂ ਹੁੰਦੀ ਇਸ ਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਨਹੀਂ ਹੁੰਦੀ ਇਸ ਵਿੱਚ ਸਾੜਾ ਜਾਂ ਈਰਖਾ ਨਹੀਂ ਹੁੰਦੀ ਖੂਬਸੂਰਤੀ ਉਹ ਹੈ ਜਿਦੀ ਮਹਿਕ ਅਗਰਬਤੀ ਜਈ ਹੋਵੇ ਜਿਦੀ ਇੱਕ ਝਲਕ ਨਾਲ ਸਾਰੀ ਧੋਰਾਤਮਾ ਤੱਕ ਸ਼ਾਂਤੀ ਫੈਲ ਜਾਵੇ ਕਿਉਂਕਿ ਖੂਬਸੂਰਤੀ ਨੂੰ ਅਸੀਂ ਮੱਥੇ ਦੀਆਂ ਅੱਖਾਂ ਨਾਲ ਨਹੀਂ ਰੂਹ ਦੀਆਂ ਜੋਤਾਂ ਨਾਲ ਨਿਹਾਰਦੇ ਹਾਂ ਆਪਣੇ ਆਪ ਨੂੰ ਪੁੱਛ ਕੇ ਵੇਖੋ ਤੁਹਾਡੇ ਵਿਚਾਰ ਚ ਕਿਹੜੀ ਚੀਜ਼ ਖੂਬਸੂਰਤ ਹੈ ਸ਼ਾਇਦ ਤੁਸੀਂ ਦੱਸ ਨਾ ਸਕੋ ਦੱਸਣ ਵਾਲੀਆਂ ਗੱਲਾਂ ਦਿਮਾਗ ਨਾਲ ਸੋਚ ਕੇ ਦਸੀਆਂ ਜਾ ਸਕਦੀਆਂ ਹਨ ਪਰ ਖੂਬਸੂਰਤੀ ਦਾ ਅਦ੍ਰਿਸ਼ਤਾ ਮਹਿਸੂਸ ਹੀ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਪ੍ਰਕਿਰਤੀ ਚ ਸਭ ਕੁਝ ਖੂਬਸੂਰਤ ਹੈ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਜਿਉਣਾ ਖੂਬਸੂਰਤ ਮੰਦੀ ਨਿਸ਼ਾਨੀ ਹੈ ਕੁਦਰਤ ਨਿਰੰਤਰ ਕੋਝ ਨੂੰ ਸੋਜ ਵਿੱਚ ਇਕ ਰੂਪਤਾ ਨੂੰ ਸੁੰਦਰਤਾ ਚ ਬਦਲਣ ਦਾ ਕਾਰਜ ਕਰਦੀ ਰਹਿੰਦੀ ਹੈ ਲੋਕਾਂ ਦੇ ਚਿਹਰੇ ਜਾਂ ਸਰੀਰ ਖੂਬਸੂਰਤ ਹੁੰਦੇ ਹਨ ਪਰ ਇਸ ਨਾਲੋਂ ਵੀ ਉੱਚੀ ਰੀ ਖੂਬਸੂਰਤੀ ਮੰਦੀ ਖੂਬਸੂਰਤੀ ਹੁੰਦੀ ਹੈ ਮੰਦੀ ਖੂਬਸੂਰਤੀ ਚ ਕੁਦਰਤ ਦੀ ਖੂਬਸੂਰਤੀ ਦਾ ਵਿਸ਼ੇਸ਼ ਰੋਲ ਹੁੰਦਾ ਹੈ ਦਰਿਆ ਖੂਬਸੂਰਤ ਹੁੰਦੇ ਹਨ ਪਹਾੜ ਖੂਬਸੂਰਤ ਹੁੰਦੇ ਹਨ ਸੂਰਜ ਦਾ ਨਿਕਲਣਾ ਤੇ ਡੁੱਬਣਾ ਖੂਬਸੂਰਤ ਹੁੰਦਾ ਹੈ ਆਲੇ ਦੁਆਲੇ ਖੂਬਸੂਰਤੀ ਹੀ ਖੂਬਸੂਰਤੀ ਹੈ ਪਰ ਸਾਡੇ ਕੋਲ ਉਹ ਅੱਖਾਂ ਨਹੀਂ ਜਿਨ੍ਹਾਂ ਨਾਲ ਅਜਿਹੀ ਖੂਬਸੂਰਤੀ ਨੂੰ ਮਾਣ ਸਕੀ ਖੂਬਸੂਰਤੀ ਵਿੱਚ ਆਤਮਿਕ ਸ਼ਾਂਤੀ ਦੀ ਸਾਦਗੀ ਤੇ ਅਮੀਰੀ ਹੁੰਦੀ ਹੈ ਜਿਹੜੇ ਖੂਬਸੂਰਤ ਹਨ ਉਹ ਭਾਵੇਂ ਬੋਰੀ ਪਹਿਨ ਲੈਣ ਸੁੰਦਰ ਲੱਗਣਗੇ ਪਰ ਜਿਨ੍ਹਾਂ ਦੇ ਇਰਾਦੇ ਕਰੂਪ ਤੇ ਭ੍ਰਿਸ਼ਟੇ ਹੋਏ ਹਨ ਉਪਾਮਿਤ ਦੁਸ਼ਾਲੇ ਪਾ ਲੈਣ ਜਾਂ ਇੱਕ ਹੱਥ 'ਚ ਚਾਰ ਛਾਪਾਂ ਪਾ ਲੈਣ ਉਹ ਕੋਜੇ ਚਲਿੱਤਰ ਕਰਦੇ ਪ੍ਰਤੀਤ ਹੋਣਗੇ ਤੇ ਹੋਛੇ ਲੱਗਣਗੇ ਜਿਵੇਂ ਪਹਾੜਾਂ ਵਿੱਚ ਕੁਦਰਤ ਦੀ ਸ਼ਾਂਤੀ ਸਾਡੇ ਆਰ ਪਾਰ ਹੋ ਜਾਂਦੀ ਹੈ ਜਿਵੇਂ ਸਮੁੰਦਰ ਦੇ ਕਿਨਾਰੇ ਸਾਗਰ ਦੀ ਵਿਸ਼ਾਲਤਾ ਜੀਵਨ ਦੀਆਂ ਛੋਟੀਆਂ-ਛੋਟੀਆਂ ਗਿਣਤੀਆਂ ਮਿੰਦੀਆਂ ਤੋਂ ਉੱਪਰ ਉੱਠਣ ਲਈ ਪ੍ਰੇਰਿਤੀ ਹੈ ਓਵੇਂ ਹੀ ਖੂਬਸੂਰਤੀ ਦੇ ਸਨਮੁਖ ਹੋਣ ਨਾਲ ਜੀਵਨ ਦੀਆਂ ਚਿੰਤਾਵਾਂ ਇੰਜ ਛੱਡ ਜਾਂਦੀਆਂ ਹਨ ਜਿਵੇਂ ਪੱਤੇ ਝੜਦੇ ਚ ਪੀਲੇ ਪਈ ਪੱਤੇ ਝੜਦੇ ਆ ਖੂਬਸੂਰਤ ਹੋਣਾ ਤੇ ਖੂਬਸੂਰਤ ਲੱਗਣਾ ਦੋ ਵੱਖਰੀਆਂ ਸਥਿਤੀਆਂ ਹਨ ਜਿਹਨੂੰ ਆਪਣੀ ਖੂਬਸੂਰਤੀ ਦਾ ਗੁਮਾਨ ਹੋਵੇ ਉਹ ਵਿਅਕਤੀ ਕੁਝ ਵਿਅਕਤੀ ਨਾਲੋਂ ਵੀ ਭੈੜਾ ਲੱਗਦਾ ਹੈ ਪੂੰਜੀਵਾਦ ਖੂਬਸੂਰਤ ਬਣਨ ਦੇ ਸਾਧਨਤਾ ਪ੍ਰਦਾਨ ਕਰਦਾ ਪਰ ਖੂਬਸੂਰਤੀ ਸਿਰਜਦਾ ਨਹੀਂ ਮਿਲਵਰਤਨ ਸਨੇਹ ਹਮਦਰਦੀ ਤਿਆਗ ਤੇ ਰਲ ਕੇ ਜਿਉਣ ਦੀ ਭਾਵਨਾ ਵਿੱਚ ਜਿਹੜੇ ਨੈਣ ਨਕਸ਼ ਬਰਨਗੇ ਉਹ ਸੱਚੇ ਅਰਥਾਂ 'ਚ ਖੂਬਸੂਰਤ ਹੋਣਗੇ ਸਮਾਜਵਾਦੀ ਸੁੰਦਰਤਾ ਪੂੰਜੀਵਾਦੀ ਸੁੰਦਰਤਾ ਦੇ ਮੁਕਾਬਲੇ ਵਧੇਰੇ ਡੂੰਗੀ ਵਿਸ਼ਾਲ ਤੇ ਹੰਢਣਸਾਰ ਹੋਏਗੀ ਸਭ ਪ੍ਰਕਾਰ ਦੇ ਭੇਦ ਭਾਵ ਮਿਟਣ ਦੇ ਬਾਵਜੂਦ ਖੂਬਸੂਰਤੀ ਦੇ ਆਧਾਰ 'ਤੇ ਮਨੁੱਖ ਵਿੱਚ ਵੱਖਰੇ ਮਾਪ ਬਣਿਆ ਰਹੇਗਾ ਸੰਸਾਰ ਵਿੱਚ ਕਾਣੀ ਵੰਡ ਧਨ ਦੀ ਹੀ ਨਹੀਂ ਸਗੋਂ ਗਿਆਨ ਤੇ ਸੁੰਦਰਤਾ ਦਾ ਵੀ ਹੈ ਖੂਬਸੂਰਤੀ ਮਨ ਦੀ ਅਵਸਥਾ ਹੈ ਇਹ ਰੂਹ ਦਾ ਗਿੱਧਾ ਹੈ ਕਿਸੇ ਚੀਜ਼ ਦੀ ਮਨ ਕਿਸੇ ਚੀਜ਼ ਦੀ ਪਸੰਦ ਉੱਚੀ ਕਰ ਲਓ ਤੁਹਾਨੂੰ ਆਪਣੀ ਪਸੰਦ ਅਤੇ ਪੱਧਰ ਅਨੁਸਾਰ ਚੀਜ਼ਾਂ ਮਿਲਦੀਆਂ ਰਹਣਗੀਆਂ ਲੋੜ ਪੈਸੇ ਦੀ ਨਹੀਂ ਆਪਣੀ ਪੱਧਰ ਉੱਚੀ ਕਰਨ ਦੀ ਹੈ ਪੱਧਰ ਉੱਚੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਸ਼ੌਕ ਨੂੰ ਪਾਲੀਏ ਹਰ ਸ਼ੌਕ ਸਾਡੇ ਮਨ ਨੂੰ ਸਿਧਾਉਂਦਾ ਹੈ ਤੇ ਅਨੁਪਾਤਿਕ ਸੁਰਤਾ ਤੇ ਇਕਸਾਰਤਾ ਦਾ ਗਿਆਨ ਕਰਾਉਂਦਾ ਹੈ ਕਿਸੇ ਵੀ ਸ਼ੌਕ ਦੇ ਪਾਲਣ ਨਾਲ ਸਾਡੀ ਸ਼ਖਸੀਅਤ ਵਿੱਚ ਟਿਕਾਓ ਆਉਂਦਾ ਹੈ ਰੂਹ 'ਚ ਸ਼ਾਂਤੀ ਫੈਲਦੀ ਹੈ ਪਟਕਣ ਘਟਦੀ ਹੈ ਮਿਹਨਤ ਕਰਨ ਦਾ ਉਤਸ਼ਾਹ ਮਿਲਦਾ ਹੈ ਤੇ ਸਭ ਪੱਖੋਂ ਵਿਕਾਸ ਵਾਪਰਦਾ ਹੈ ਕੋਈ ਚੰਗਾ ਤੇ ਉਸਾਰੂ ਸ਼ੌਕ ਪਾਲਣ ਵਾਲੇ ਲੋਕ ਹੀ ਖੂਬਸੂਰਤ ਨਹੀਂ ਹੁੰਦੇ ਸ਼ੌਕ ਪਾਲਦੇ ਹੀ ਖੂਬਸੂਰਤ ਲੋਕ ਹਨ ਲੋਕਾਂ ਦੀ ਬਹੁ ਗਿਣਤੀ ਖੜਕਦੀ ਹੈ ਜਦ ਕਿ ਸੱਚੇ ਅਰਥਾਂ ਚ ਸੋਹਣੇ ਲੋਕਾਂ ਦੀ ਸ਼ਖਸੀਅਤ ਸ਼ਹਿਨਾਈ ਵਾਂਗ ਸ਼ਾਂਤ ਗੂੰਜ ਵਾਂਗ ਹੁੰਦੀ ਹੈ ਜ਼ਿੰਦਗੀ ਦੇ ਸੋਝ ਨਾਲ ਅਮੀਰੀ ਆਉਂਦੀ ਹੈ ਨਾ ਕਿ ਅਮੀਰੀ ਨਾਲ ਸੋਝ ਆਉਂਦਾ ਹੈ ਜਦ ਤੱਕ ਸਾਡੇ ਦਿਮਾਗਾਂ 'ਚ ਰੌਸ਼ਨੀ ਨਹੀਂ ਹੁੰਦੀ ਬਾਹਰ ਦਿਨ ਦਿਹਾੜੇ ਵੀ ਹਨੇਰਾ ਰਹੇਗਾ ਸੁੰਦਰ ਵਿਅਕਤੀ ਆਪਣੀ ਰੂਹ ਦੀ ਅਮੀਰੀ ਦੇ ਵੇਗ ਨਾਲ ਸੁੰਦਰ ਪ੍ਰਤੀਤ ਹੁੰਦਾ ਹੈ ਤੇ ਉਹਦੀ ਸੁੰਦਰਤਾ ਉਹਦੇ ਠੀਕ ਹੋਣ ਦਾ ਪ੍ਰਮਾਣ ਹੁੰਦੀ ਹੈ ਖੂਬਸੂਰਤ ਭਾਵੇਂ ਮਹਾਨ ਨਾ ਹੋ ਪਰ ਮਹਾਨ ਜ਼ਰੂਰ ਖੂਬਸੂਰਤ ਹੁੰਦੇ ਹਨ ਮਹਾਨ ਖੂਬਸੂਰਤ ਲੱਗਦੇ ਹਨ ਤੇ ਅਸੀਂ ਉਹਨਾਂ ਵਰਗੇ ਬਣਨ ਦਾ ਯਤਨ ਕਰਦੇ ਹਾਂ ਹਰ ਮਨੁੱਖ ਨੂੰ ਸਦਾ ਹੀ ਖੂਬਸੂਰਤੀ ਦੀ ਤਲਾਸ਼ ਰਹਿੰਦੀ ਹੈ ਸੋਹਣੇ ਮਹਿਮਾਨ ਉਹ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਲਈ ਅਸੀਂ ਉਹ ਕੁਝ ਉਹ ਨਾਗੇ ਧਰਿਏ ਜੋ ਵਰਤਨ ਚ ਹੰਡਾਉਣ ਲਈ ਅਸੀਂ ਆਪਣੇ ਆਪ ਨੂੰ ਵੀ ਕਦੇ ਯੋਗ ਨਾ ਸਮਝਿਆ ਹੋਵੇ। ਪਰਕੀਲੀ ਖੂਬਸੂਰਤੀ ਦੇ ਪ੍ਰੇਮੀ ਤਾਂ ਸਾਰੇ ਬਣਨਾ ਚਾਹੁੰਦੇ ਐ ਪਰ ਪਤੀ ਕੋਈ ਨਹੀਂ ਬਣਦਾ। ਇਵੇਂ ਖੋਟੇ ਖੂਬਸੂਰਤਾ ਸੰਬੰਧੀ ਅਫਵਾਹਾਂ ਅਨੇਕਾਂ ਫੈਲਦੀਆਂ ਪਰ ਸੱਚ ਕੋਈ ਨਹੀਂ ਹੁੰਦੀ। ਸੱਚੇ ਅਰਥਾਂ ਵਿੱਚ ਖੂਬਸੂਰਤੀ ਆਪਣੇ ਆਪ 'ਚ ਮਗਨ ਹੁੰਦੀ ਐ ਤੇ ਇਹਨੂੰ ਉਹਨੂੰ ਇਹ ਗਿਆਨ ਨਹੀਂ ਹੁੰਦਾ ਕਿ ਉਹ ਖੂਬਸੂਰਤ ਹੈ। ਔਰਤਾਂ ਨੂੰ ਆਪਣੀ ਖੂਬਸੂਰਤੀ ਨਾਲ ਹੀ ਪਿਆਰ ਹੁੰਦਾ ਹੈ। ਉਹ ਕਿਸੇ ਹੋਰ ਨੂੰ ਨਹੀਂ ਪਛਾਣਦੀ। ਹਰ ਇੱਕ ਦੀ ਜ਼ਿੰਦਗੀ ਵਿੱਚ ਖੂਬਸੂਰਤੀ ਦਾ ਮੌਸਮ ਜ਼ਰੂਰ ਆਉਂਦਾ ਹੈ। ਜਿਹੜੇ ਇਸ ਮੌਸਮ 'ਚ ਆਪਣੇ ਆਦਰਸ਼ਾਂ, ਪਸੰਦਗੀਆਂ ਤੇ ਪਧਰਾਂ ਨੂੰ ਉੱਚਾ ਲੈਂਦੇ ਹਨ, ਉਹ ਖੂਬਸੂਰਤੀ ਭਰਿਆ ਜੀਵਨ ਗੁਜ਼ਾਰਦੇ ਹਨ। ਪਰ ਜਿਹੜੇ ਭੁੜਕਦੇ, ਢੜਕਦੇ ਤੇ ਬੁੜਕਦੇ ਹਨ, ਉਹ ਆਪਣੇ ਲਈ ਪਛਤਾਵੇ ਬੀਜਦੇ ਹਨ। ਆਪ ਨਿਰਣਾ ਕਰਕੇ ਵੇਖੋ ਤੁਸੀਂ ਸੰਸਾਰ ਦੀ ਸੁੰਦਰਤਾ ਜਾਂ ਖੂਬਸੂਰਤੀ 'ਚ ਵਾਅਦਾ ਕੀਤਾ ਜਾਂ ਇਹਨੂੰ ਘਟਾਇਆ ਤੁਹਾਡੀ ਤਸੱਲੀ ਤੇ ਜੀਵਨ ਦੀ ਖੁਸ਼ੀ ਇਸੇ ਅਨੁਪਾਤ ਵਿੱਚ ਹੋਵੇਗੀ ਧੰਨਵਾਦ